ਅਸਲਾਮ ਅਲੈਕਮ ਵਰਹਮਤੁੱਲਾ ਵਬਰਕਾਤਹੂ ਮੇਰੇ ਪਿਆਰੇ ਪਿਆਰੇ ਸੱਜਣੋ ਬੇਲੀਓ ਦੋਸਤੋ ਮਿੱਤਰੋ ਭੈਣਾਂ ਦੇ ਭਰਾਓ ਸੱਜਣੋ ਤੁਸੀਂ ਪੰਜਾਬੀ ਚੈਨਲ ਫਰਿਆਦ ਮੂਹ ਦੇਖ ਰਹੇ ਹੋ ਸੁਣ ਰਹੇ ਹੋ ਮੈਂ ਤੁਹਾਡਾ ਮੇਜ਼ਬਾਨ ਸ਼ਰਾਫਤ ਅਲੀ ਰਹਿਮਾਨੀ ਹੋਰ ਸੁਣਾਓ ਕੀ ਹਾਲ ਚਾਲ ਨੇ ਅੱਲਾਹ ਤਾਲਾ ਸਭ ਨੂੰ ਖੈਰ ਖਰੀਦਾਂ ਰੱਖੇ ਸਿਹਤ ਰੱਖੇ ਤੰਦਰੁਸਤੀ ਰੱਖੇ ਅੱਲਾਹ ਤਾਲਾ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਉਣ ਦੇਵੇ ਸਾਡੀ ਦੁਆ ਹੈ ਕਿ ਅੱਲਾਹ ਤਾਲਾ ਹਰ ਇੱਕ ਨੂੰ ਆਪਦੀ ਹਿਫਾਜ਼ਤ 'ਚ ਰੱਖੇ ਦੋਸਤੋ ਗੱਲ ਇਹ ਮੈਂ ਸੱਜਣਾ ਨੂੰ ਇੱਕ ਕਹਾਣੀ ਸੁਣਾਉਣੀ ਹੈ ਬਾਦਸ਼ਾਹ ਦਾ ਪੀਰ ਉਹ ਪੀਰ ਬਣਦਾ ਕਿਵੇਂ ਅਤੇ ਕਿਸ ਤਰ੍ਹਾਂ ਦਾ ਬਣਦਾ ਹੈ ਤਾਂ ਜ਼ਰਾ ਗੌਰ ਨਾਲ ਸੁਣਿਆ ਜੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਕਿਉਂ ਗੱਲ ਮਜ਼ਾ ਤਾਂ ਦਿੰਦੀ ਹੈ ਜੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣੀਏ ਗੱਲ ਕਰਨ ਦਾ ਮਕਸਦ ਹੀ ਇਹ ਹੁੰਦਾ ਹੈ ਉਹਦੇ ਵਿੱਚ ਕੋਈ ਗੱਲ ਐਸੀ ਹੁੰਦੀ ਹੈ ਜਿਹੜੀ ਬੰਦੇ ਨੂੰ ਯਾਦ ਰੱਖ ਕੇ ਬੰਦੇ 'ਤੇ ਕੰਮ ਆਉਂਦੀ ਹੈ ਕੋਈ ਗੱਲ ਐਸੀ ਹੁੰਦੀ ਹੈ ਜਿਹੜੀ ਚਿੱਥਣੀ ਪੈਂਦੀ ਹੈ ਹਾਂਜੀ ਅਤੇ ਇਹ ਗੱਲਾਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨੀ ਚਾਹੀਦੀ ਹੈ ਤਾਂ ਠਾਠ ਆਉਂਦਾ ਹੈ ਵਰਨਾ ਐਵੇਂ ਕੀ ਹੈ ਫਿਰ ਅਤੇ ਗੱਲ ਕਰਨ ਦਾ ਮਕਸਦ ਗੱਲ ਉਹਨੂੰ ਕਿਹਾ ਜਾਂਦਾ ਕਹਾਣੀ ਨੂੰ ਪੰਜਾਬੀ 'ਚ ਕਹਾਣੀ ਵੀ ਆਖ ਲੈਂਦੇ ਨੇ ਅਤੇ ਗੱਲ ਵੀ ਆਖ ਲੈਂਦੇ ਨੇ ਬਾਤ ਵੀ ਆਖ ਲੈਂਦੇ ਨੇ ਇੱਕੇ ਚੀਜ਼ ਦੇ ਦੋ ਤਿੰਨ ਨਾਂ ਨੇ ਬਾਤ ਕਹਾਣੀ ਅਤੇ ਗੱਲ ਜਦੋਂ ਮੈਂ ਕਹਿਣਾ ਨਾ ਵੀ ਸੱਜਣੋ ਮੈਂ ਗੱਲ ਲੱਗਾ ਸੁਣਾਉਣ ਤਾਂ ਸੁਣੋ ਵੀ ਸਮਝੋ ਕਿ ਕਹਾਣੀ ਲੱਗਾ ਸੁਣਾਉਣ ਦੋਸਤੋ ਬੜੀ ਪਿਆਰੀ ਕਹਾਣੀ ਹੈ ਸਟੋਰੀ ਹੈ ਅਤੇ ਸੁਣੋ ਸ਼ੁਰੂ ਕਰਨਾ ਆ ਸੱਜਣੋ ਕਿਸੇ ਸ਼ਹਿਰ ਦੇ ਵਿੱਚ ਅੱਗੇ ਤੁਹਾਨੂੰ ਪਤਾ ਹੈ ਵੀ ਸ਼ਹਿਰਾਂ ਦੇ ਬਾਦਸ਼ਾਹ ਜਿਹੜੇ ਹੁੰਦੇ ਸਨ ਨਾ ਰਿਆਸਤਾਂ ਛੋਟੀਆਂ ਹੁੰਦੀਆਂ ਹਨ ਅਤੇ ਆਪੋ ਆਪਦੇ ਸ਼ਹਿਰਾਂ ਦਾ ਬਾਦਸ਼ਾਹ ਹੁੰਦਾ ਸੀ ਠੀਕ ਹੈ ਉਹ ਇੱਕ ਸ਼ਹਿਰ ਦੇ ਵਿੱਚ ਇੱਕ ਮਿਰਾਸੀ ਰਹਿੰਦਾ ਸੀ ਵਿਚਾਰਾ ਮਾੜਾ ਸੀ ਗਰੀਬ ਸੀ ਅਤੇ ਉਂਝ ਕੱਖ ਬੰਨ ਕੇ ਦੁਰਾ ਨਹੀਂ ਸੀ ਕਰਦਾ ਜਿਨ੍ਹਾਂ ਨੂੰ ਉਹ ਸਿਆਣੇ ਬੰਦੇ ਆਉਂਦੇ ਨੇ ਵੀ ਜਿਨ੍ਹਾਂ ਨੂੰ ਮੁਕਤੀ ਚੱਲੇ ਉਹਨਾਂ ਨੂੰ ਕੰਮ ਕਰਨ ਦੀ ਕਿਹੜੀ ਲੋੜ ਹੈ ਉਹ ਜਿਨ੍ਹਾਂ ਢੋਲਕੀਆਂ ਵਜਾ ਕੇ ਚਿਮਟੇ ਵਜਾ ਕੇ ਡੰਗ ਪਾਉਣਾ ਹੈ ਉਹ ਤਾਂ ਕਈਆਂ ਮਾਰਦੇ ਨੇ ਕਈ ਮਾਰਨੀ ਤਾਂ ਉਹਨਾਂ ਨੂੰ ਬੜੀ ਔਖੀ ਹੈ ਦਿਹਾੜੀ ਮਿਹਨਤ ਕਰਨੀ ਬੜੀ ਔਖੀ ਹੈ ਹੈਗਾ ਗਰੀਬ ਸੀ ਮਿਰਾਸੀ ਲੇਕਿਨ ਬਾਲ ਬੱਚੜਦਾਰ ਸੀ ਹੁਣ ਜਿਹੜੀ ਉਹਦੇ ਘਰੋਂ ਸੀ ਨਾ ਬੇਗਮ ਆਉਂਦੀ ਉਹ ਰੋਜ਼ ਆ ਕੇ ਅੱਲਾਹ ਦੇ ਬੰਦਿਆ ਕਿਤੋਂ ਕੋਈ ਲਿਆ ਲੰਗਰ ਪਾਣੀ ਕੀ ਕਰੀਏ ਹੁਣ ਤਾਂ ਤੜਕਾ ਲਾਉਣ ਜੋਗੀ ਵੀ ਕੋਈ ਸ਼ਹਿਰ ਹੈਗੀ ਇਹ ਤੜਕਾ ਸੱਜਣੋ ਲਾਜ਼ਮੀ ਲਾਉਣਾ ਇਹਨਾਂ ਭਾਵੇਂ ਕੁਛ ਹੋ ਜਾਏ ਹਾਂਡੀ ਨੂੰ ਤੜਕਾ ਜ਼ਰੂਰ ਲਾਉਂਦੇ ਨੇ ਲਾਬੀ ਮਰਾਸੀ ਜਿਹੜਾ ਸੀ ਟੁਰ ਪਿਆ ਬਾਹਰ ਗਿਆ ਅਤੇ ਬੰਦਿਆਂ ਨੂੰ ਜਾ ਕੇ ਆਖਾ ਪਰਬੋਦੇ ਕੋਈ ਰੱਬ ਦੇ ਨਾਂ ਦਾ ਕੁਛ ਹੈ ਉੱਪਰ ਵੀ ਜੇ ਜਵਾਖਣ ਚੰਗਾ ਭਲਾਟਾ ਗੱਟਾ ਫੜਿਆ ਕੋਈ ਕੰਮ ਕਰ ਸੱਜਣੋ ਮਿਹਨਤ ਕਰਕੇ ਰੋਜ਼ੀ ਕਮਾਉਣਾ ਇਬਾਦਤ ਹੈ ਅਤੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਜਿਹੜਾ ਬੰਦਾ ਨਿਗਾਹ ਰੱਖੇ ਨਾ ਕਿ ਮੈਨੂੰ ਅੱਗੋਂ ਕੋਈ ਰੱਬ ਦੇ ਨਾਂ ਦਾ ਮਿਲੇ ਅਤੇ ਜਦ ਕੋਈ ਮਾੜਾ ਬੰਦਾ ਮਜ਼ਦੂਰ ਹੋਵੇ ਤਾਂ ਉਹ ਵੱਖਰੀ ਗੱਲ ਹੈ ਅਤੇ ਜਿਹੜਾ ਚੰਗਾ ਭਲਾ ਹੈ ਉਹਨੂੰ ਚਾਹੀਦਾ ਕੋਸ਼ਿਸ਼ ਕਰਨੀ ਕਿ ਮੈਂ ਕੋਈ ਕੰਮ ਕਰਾਂ ਵੈਸੇ ਹੁਕਮ ਇਹ ਆ ਵੀ ਅਗਰ ਤੁਹਾਡੇ ਕੋਲ ਕੋਈ ਬੰਦਾ ਮੰਗਣ ਵਾਸਤੇ ਆਉਂਦਾ ਹੈ ਨਾ ਤਾਂ ਚਾਹੇ ਚੰਗਾ ਭਲਾ ਕਿਉਂ ਨਾ ਹੋਵੇ ਘੋੜੇ ਉੱਤੇ ਚੜ੍ਹ ਕੇ ਕਿਉਂ ਨਾ ਹੋਵੇ ਜੇ ਉਹਨੇ ਆ ਕੇ ਤੁਹਾਡੇ ਅੱਗੇ ਰੱਬ ਦਾ ਸਵਾਲ ਕੀਤਾ ਰੱਬ ਦੇ ਨਾਂ ਦਾ ਉਹਨੂੰ ਕੁਛ ਨਾ ਕੁਛ ਆਪਦੀ ਜੇਬ ਵਿੱਚੋਂ ਦਿਓ ਖਾਲੀ ਨਾ ਮੋੜੋ ਜੇ ਚਾਰੇ ਕੁਝ ਤੁਹਾਡੇ ਕੋਈ ਸ਼ੈ ਨਹੀਂ ਦੇਣ ਜੋਗੇਗੀ ਤਾਂ ਉਹਨੂੰ ਆਖੋ ਜੀ ਮਾਫ਼ ਕਰ ਦਿਓ ਮਦਦ ਕਰ ਦਿਓ ਫਿਰ ਉਹਦੇ ਨਾਲ ਅੱਗੋਂ ਤਕਰਾਰ ਨਾ ਕਰੋ ਹੁਣ ਜਿਹਨਾਂ ਨੂੰ ਮੰਗਣ ਜਾਵੇ ਉਹ ਅੱਗੋਂ ਆਖਣ ਬਈ ਅੱਲਾ ਤਾਂ ਬੰਦਾ ਕੋਈ ਕੰਮ ਕਰ ਮਰਾਸੀ ਬੜਾ ਤੰਗ ਹੋ ਗਿਆ ਹੁਣ ਬੇਗਮ ਹੁੰਦੀ ਜਿਹੜੀ ਸੀ ਨਾ ਉਹ ਲੜੇ ਆ ਕੇ ਕਰਮਾ ਵਾਲੇ ਸ਼ਹਿ ਲਿਆ ਕਰ ਸ਼ਾਹੀ ਕੋਈ ਨਹੀਂ ਹੈਗੀ ਬਾਲ ਭੁੱਕੇ ਨੇ ਕੀ ਕਰੀਏ
ਲਓ ਜੀ, ਇੱਕ ਦਿਨ ਉਹਨੇ ਇਰਾਦਾ ਕੀਤਾ ਉਹਨਾਂ ਦਾ, ਹੁਣ ਮੈਂ ਜਾਣਾ ਕਿਸੇ ਹੋਰ ਸ਼ਹਿਰ 'ਚ ਜੇ ਕਿਤੇ ਕੋਈ ਜੱਟ ਜੱਫਾ ਮੇਰਾ ਲੱਗ ਜਾਏ ਤਾਂ। ਸਜਣੋ, ਇੱਕ ਝੋਲਾ ਸਵਾ ਲਿਆ ਵੱਡਾ ਹਾਰਾ, ਉਹ ਗਾਲ 'ਚ ਪਾ ਲਿਆ, ਤਸਵੇ ਦੋ ਲੈ ਲੈ, ਡੇਢ ਡੇਢ ਕਿਲੋ ਦੇ ਵੱਡੇ ਵੱਡੇ ਮਣਕੜਿਆਂ ਵਾਲੇ, ਉਹ ਗਾਲ 'ਚ ਪਾ ਲਏ, ਪੱਗ ਬਣ ਲਈ ਚੰਗੀ ਤੁਰੇ ਵਾਲੀ, ਹੱਥੇ ਖੂੰਡੀ ਕਰ ਲਈ, ਬਾਸਕਟ ਪਾ ਲਈ, ਖੁੱਸਾ ਪਾ ਲਿਆ ਤਿੱਲੇਦਾਰ ਝੁੰਝ ਵਾਲਾ ਅੱਗੋਂ, ਉਹ ਤਾਂ ਬਣ ਗਿਆ ਪੀਰ ਜਿਵੇਂ ਹੁੰਦਾ। ਉਹ ਤੁਰ ਪਿਆ ਵੀ ਕਿਸੇ ਹੋਰ ਸ਼ਹਿਰ ਜਾਣਾ, ਜਿਹੜੇ ਸ਼ਹਿਰ ਦਾ ਉਹਨੇ ਇਰਾਦਾ ਕੀਤਾ ਸੀ ਨਾ, ਉਸ ਸ਼ਹਿਰ ਦਾ ਜਿਹੜਾ ਬਾਦਸ਼ਾਹ ਸੀ ਉਹਨੂੰ ਰਾਤ ਖਾਬ ਆਈ। ਖਾਬ ਉਹਨੂੰ ਕੀ ਆਈ, ਬਈ ਸੁਬਹਾ ਸਵੇਰੇ ਸਵੇਰੇ ਤੇਰੇ ਸ਼ਹਿਰ ਦੇ ਵਿੱਚ ਜਿਹੜਾ ਬੰਦਾ ਪਹਿਲੇ ਦਾਖਲ ਹੋਵੇ ਉਹ ਤੇਰਾ ਪੀਰ ਏ ਮੁਰਸ਼ਦ ਏ, ਉਹਨੂੰ ਤੂੰ ਮੁਰਸ਼ਦ ਫੜਨਾ। ਲਓ ਜੀ, ਉਹਨੇ ਰਾਤ ਨੂੰ ਪਹਿਰੇਦਾਰ ਬਾਜ ਤੇ ਸ਼ਹਿਰ ਦੇ ਚਾਰਜ ਫੇਰੇ ਵੀ ਜਿਹੜੇ ਪਾਸੇ ਕੋਈ ਬੰਦਾ ਵੜੇ ਨਾ ਉਹਨੂੰ ਇੱਥੇ ਮੇਰੇ ਕੋਲ ਲੈ ਆਇਆ ਜੇ। ਉਹ ਮੇਰਾ ਸੀ ਟੁਰਦਾ ਟੁਰਦਾ ਜੀ, ਸਵੇਰੇ ਸਵੇਰੇ ਪਹੁੰਚ ਗਿਆ ਉੱਥੇ। ਜਦ ਉਹ ਗਿਆ ਤਾਂ ਬੰਦਿਆਂ ਆਖਣ ਲੱਗਾ ਵੀ ਆਹ ਬੰਦਾ ਆ ਗਿਆ। ਉਹਨੂੰ ਆਖਿਆ ਚਲੋ ਜੀ ਤੁਹਾਨੂੰ ਬਾਦਸ਼ਾਹ ਸਲਾਮ ਸੱਦੇ ਨੇ। ਉਹਨੇ ਆਖਿਆ ਬਾਦਸ਼ਾਹ ਸਲਾਮ ਨੇ ਮੈਨੂੰ ਕੀ ਆਖਣਾ ਯਾਰ, ਕੀ ਆਖੂ ਬਾਦਸ਼ਾਹ ਮੈਨੂੰ। ਉਹਨੇ ਆਖਿਆ ਸਾਨੂੰ ਨਹੀਂ ਪਤਾ ਉਹਨੇ ਕੀ ਆਖਣਾ ਹੈ, ਅੱਗੇ ਲੱਗ। ਉਹਨੂੰ ਲੈ ਬਾਦਸ਼ਾਹ ਦੇ ਕੋਲ। ਲਓ ਜੀ ਬਾਦਸ਼ਾਹ ਸਲਾਮਤ ਹੈ, ਬੰਦਾ ਪਹਿਲੇ ਸ਼ਹਿਰ ਨੂੰ ਆਉਣ ਵੜਿਆ, ਹੁਣ ਉਹਦਾ ਹੁਲੀਆ ਵੀ ਕੋਈ ਬਦਲਿਆ। ਸੁਣਿਆ ਆਖਿਆ ਵਾਕਿਆ ਹੀ ਇਹ ਪੀਰ ਯਾਰ, ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈਗਾ। ਬਾਦਸ਼ਾਹ ਤਖ਼ਤ ਤੋਂ ਉੱਠਿਆ ਤਾਂ ਉਹਦੇ ਕਦਮੀ ਪੈ ਗਿਆ। ਉਹਨੇ ਮਰਾਸੀ ਦੇ, ਉਹਨੇ ਹਾਏ ਇਹ ਕੀ ਗੱਲ। ਉਹਨੇ ਆਖਿਆ ਬਈ ਤੂੰ ਮੇਰਾ ਮੁਰਸ਼ਦ ਹੈ, ਮੇਰਾ ਤੂੰ ਪੀਰ ਹੈ, ਮੈਨੂੰ ਹੁਕਮ ਹੈ ਕਿ ਤੈਨੂੰ ਮੁਰਸ਼ਦ ਫੜਨ ਦਾ। ਲਵੀ ਉਹਨੂੰ ਉਹਨੇ ਪੀਰ ਫੜ ਲਿਆ ਅਤੇ ਘਰ ਰੱਖ ਲਿਆ, ਵੱਖਰੇ ਤੌਲਰ ਦੇ ਦਿੱਤਾ ਜੀ, ਉਹਨੂੰ ਮਕਾਨ ਦੇ ਦਿੱਤਾ, ਖਿਦਮਤਾਂ ਲੱਗ ਪਈਆਂ ਹੋਣ, ਦੋ ਚਾਰ ਨੌਕਰ ਛੱਡ ਦਿੱਤੇ ਹੁੰਦੇ ਤੇ ਪੀਰ 'ਤੇ। ਲਓ ਜੀ ਇਹਨੂੰ ਨੱਪੋ ਕੁੱਟੋ ਅਤੇ ਨਾਲੇ ਇਹਨੂੰ ਸੰਭਾਲੋ ਅਤੇ ਨਾਲੇ ਇਹਨੂੰ ਖਵਾਓ ਪਿਆਓ ਅਤੇ ਨੁਕਰਾਣੀਆਂ ਲਹਿਰਾਂ ਬਹਿਰਾ ਹੋ ਗਿਆ। ਪੀਰ ਆਖ ਲਾ ਵੀ ਗੱਫਾ ਤਾਂ ਵਾਹਵਾ ਚੰਗਾ ਬਣ ਗਿਆ, ਮਾਲ ਮਿਲੇ ਚੰਗਾ, ਚੋਰੀ ਛੱਪੀ ਨਾ ਉਹ ਪੀਰ ਨਹੀਂ ਵਿੱਚੋਂ ਕੋਈ ਲੰਗਰ ਪਾਣੀ ਜਿਹੜਾ ਨਾ ਮਾਲ ਉਹ ਪਿਛਾ ਵੀ ਕਲਦੇ ਰਹੇ ਵਾਰਸਾਂ ਨੂੰ, ਪਿਛਾ ਆਪਦੇ ਬੱਚਿਆਂ ਨੂੰ ਵੀ ਉਹ ਵੀ ਸੰਭੜਾ। ਉਹਨੇ ਤਾਂ ਮਾਲ ਘੱਟ ਰੋਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ 6 ਮਹੀਨੇ ਕੁ ਸਾਲ ਗੁਜ਼ਰਿਆ ਨਾ ਉਹਨੂੰ, ਮਾਲ ਤਾਂ ਵਾਹਵਾ ਉਹਨੇ ਇਕੱਠਾ ਕਰ ਲਿਆ ਸੀ। ਹੁਣ ਮੇਰਾ ਸੀ ਸੋਚਦਾ ਬਈ ਯਾਰ ਮੇਰੀ ਇਹ ਪੀਰ ਬਾਦਸ਼ਾਹ ਕੋਲ ਜਾਣ ਛੁੱਟੇ ਕਿਸ ਤਰੀਕੇ, ਤਾਂ ਗੱਲ ਮੈਂ ਘਰ ਜਾਵਾਂ ਬਾਲਾਂ ਬੱਚਿਆਂ ਦੇ ਵਿੱਚ, ਬੀਵੀ ਕੋਲ ਜਾਵਾਂ, ਇਹਦੇ ਕੋਲ ਜਾਣ ਛੁੱਟੇ। ਜਾਣ ਕਿਵੇਂ ਛੁੱਟੇ ਜੀ? ਉਹਨੇ ਬਥੇਰਾ ਆਖਿਆ ਵੇਖਿਆ ਬਾਦਸ਼ਾਹ ਸਲਾਮਤ ਮੈਨੂੰ ਇਜਾਜ਼ਤ ਦਿਓ, ਮੈਂ ਇੱਕ ਘਰੋਂ ਫੇਰਾ ਮਾਰੋ ਨਾ ਹਨੇ ਜੀ, ਨਹੀਂ ਤੁਸੀਂ ਮੇਰੇ ਮੁਰਸ਼ਦ ਜੇ, ਤੁਹਾਡੀ ਖਿਦਮਤ ਕਰਨਾ ਮੇਰਾ ਫਰਜ਼ ਹੈ, ਤੁਸੀਂ ਬਿਲਕੁਲ ਜਾ ਨਹੀਂ ਸਕਦੇ। ਮਰਾਸੀ ਦੇ ਇਵੇਂ ਜਿਵੇਂ ਦਾ ਕੈਦ ਹੋ ਗਿਆ ਉੱਥੇ। ਲੈ ਵੀ ਸੋਚਿਆ ਉਹਨੇ ਮਰਾਸੀ ਨੇ ਵੀ ਮੈਂ ਕੋਈ ਕੰਮ ਐਸਾ ਕਰਾਂ ਜਿਹੜਾ ਬਾਦਸ਼ਾਹ ਨੂੰ ਪਸੰਦ ਨਾ ਆਵੇ ਅਤੇ ਇਹਨੂੰ ਗੁੱਸਾ ਲੱਗੇ ਤਾਂ ਮੈਨੂੰ ਆਖੇ ਦੌੜ ਜਾ ਇੱਥੋਂ। ਸਵੇਰੇ ਸਵੇਰੇ ਉੱਠਿਆ ਨਾ ਚਲੇ ਮਰਾਸੀ, ਖੁੰਡਾ ਹੱਥ 'ਚ ਕਰ ਲਿਆ ਆਪਦਾ ਸਿੱਧਾ ਕਚਹਿਰੀ ਨੂੰ। ਹੁਣ ਬਾਦਸ਼ਾਹ ਜਿਹੜਾ ਸੀ ਕਚਹਿਰੀ ਲਾ ਕੇ ਬੈਠਾ ਤਖ਼ਤ 'ਤੇ, ਸਿਰ 'ਤੇ ਟੋਪੀ, ਜਾਂਦਿਆਂ ਪਾ ਤਾਂ ਲੱਗਾ ਜੂ ਖੂਨ ਦੱਸਿਆ ਨਾ ਬਾਦਸ਼ਾਹ ਦੇ ਸਿਰ 'ਚ ਉਹਨੇ ਟੋਪੀ ਉੱਡ ਕੇ, ਉਹ ਜਾਪ ਦੇ ਵਿੱਚੋਂ ਸੱਪ ਨਿਕਲਿਆ ਜਾਏ ਡਾਗੂ। ਉਹ ਜਿਹੜੇ ਦਰਬਾਰੀ ਬੈਠੇ ਸਨ ਉਹਨਾਂ ਸਾਰਿਆਂ ਵੇਖਿਆ, ਉਹਨਾਂ ਕਿਹਾ ਯਾਰ ਇਹ ਵਾਕਿਆ ਬੰਦਾ ਉਲੀਆ ਹੈ ਕੋਈ, ਇਹਨੂੰ ਇੰਨਾ ਪਤਾ ਲੱਗ ਗਿਆ ਕਿ ਬਾਦਸ਼ਾਹ ਦੀ ਟੋਪੀ ਦੇ ਵਿੱਚ ਸੱਪ ਹੈ, ਇਹ ਸੱਪ ਨੂੰ ਮਾਰਨ ਲੱਗਾ ਸੀ।
ਬਾਦਸ਼ਾਹ ਨੂੰ ਦੱਸਿਆ ਜੀ ਆਹ ਗੱਲ ਹੈ, ਤੁਹਾਡੀ ਟੋਪੀ 'ਚ ਸੱਪ ਨਿਕਲ ਜਾਂਦਾ ਸੀ, ਸੱਪ ਨੂੰ ਮਾਰੋ ਸੀ। ਉਹ ਬਾਦਸ਼ਾਹ ਵਧੇਰੇ ਉਹਦੇ ਕਦਮੀ ਲੱਗ ਗਿਆ, ਮਰਾਸੀ ਦੇ ਵਧੇਰੇ ਕਦਮੀ ਲੱਗ ਗਿਆ ਤਾਂ ਪੈਰ ਚੁੰਮੇ, ਆਖਿਰ ਤੂੰ ਮੇਰੀ ਜਾਨ ਬਚਾਈ। ਹੁਣ ਉਹਨੇ ਤਾਂ ਆਪਦਾ ਤਰੀਕਾ ਲਾਇਆ ਵੀ ਮੈਨੂੰ ਇਹ ਪਜਾ ਦੇਗਾ, ਪਰ ਬਾਦਸ਼ਾਹ ਜਿਹੜਾ ਸੀ ਉਹਨੂੰ ਤਾਂ ਵਧੇਰੇ ਖਿਦਮਤ ਕਰਨੀ ਸ਼ੁਰੂ ਕਰ ਦਿੱਤੀ, ਨੌਕਰ ਕੋ ਦੋ ਚਾਰ ਹੋਰ ਨੁਕਰਾਣੀਆਂ ਹੋਰ ਕੋ ਦੋ ਚਾਰ ਦੇ ਦਿੱਤੀਆਂ। ਲੈ ਵੀ ਉਹਨੇ ਸੋਚਿਆ ਵੀ ਮੈਂ ਤਾਂ ਇਹ ਵੀ ਹੱਥ ਛੁੱਟ ਨਹੀਂ ਸਕਦਾ ਕਿਸੇ ਤਰੀਕੇ, ਹੋਰ ਕੋਈ ਕੰਮ ਵਿਖਾਵਾਂ ਭਲਾ ਜੇ ਮੇਰੀ ਇਹ ਤੋਂ ਖੁਲਾਸੀ ਹੋ ਜਾਏ। ਇੱਕ ਦਿਨ ਉੱਠਿਆ ਨਾ ਜੇਲੇ ਅਤੇ ਜਾ ਵੜਿਆ ਉਹਨਾਂ ਦੇ ਥੋੜ੍ਹੇ ਨਾਲ, ਹੁਣ ਬਾਦਸ਼ਾਹ ਵੀ ਕਰ ਅਤੇ ਬਾਦਸ਼ਾਹ ਦੀ ਮਲਕਾ ਵੀ ਕਰ। ਜਾਂਦਾ ਜਨਾਬ ਅਲੀ ਮਹਾਰਾਜ ਸੀ ਚੰਗਾ ਮੁਜ਼ਕਰ ਜਿਹਾ ਸੰਭਿਆ ਹੋਇਆ ਸੀ, ਸਾਂਭਿਆ ਵੀ ਉਸੇ ਬਾਦਸ਼ਾਹ ਨੇ। ਉਹ ਤਾਂ ਮੈਂ ਖਲੋ ਖੁੰਡਿਆਂ ਨਾਲ ਗਿਆ, ਦੋ ਚਾਰ ਉਹਨੇ ਬਾਦਸ਼ਾਹ ਦੀ ਕਾਂਡੇ ਸੱਟੇ, ਕੋਈ ਦੂਸਰਾ ਚਾਰ ਜਿਹੜੇ ਨੇ ਉਹ ਮਲਕਾ ਦੀ ਕਾਂਡੇ ਸੱਟੇ, ਉਹਨੇ ਉਹਨਾਂ ਨੂੰ ਮਹਿਲੋਂ ਬਾਹਰ ਕੱਢ ਦਿੱਤਾ। ਜਾਂ ਮਹਿਲੋਂ ਬਾਹਰ ਨਿਕਲਦੇ ਆਏ ਨੇ ਤਾਂ ਜਨਾਬ ਅਲੀ ਚੁਬਾਰਾ ਜਿਹੜਾ ਸੀ ਪਹੁੰਚਦੇ ਆ ਪਿਆ। ਉਸ ਵੇਲੇ ਬਾਦਸ਼ਾਹ ਨੇ ਸੋਚਿਆ ਬਈ ਵਾਕਈ ਇਹਨੇ ਸਾਨੂੰ ਜ਼ਬਰਦਸਤੀ ਬਾਹਰ ਕੱਢਿਆ, ਵਿੱਚ ਬਾਰਾ ਡਿੱਗਣ ਵਾਲਾ ਸੀ, ਅਤੇ ਜੇ ਅਸੀਂ ਆਪਣੇ ਆਪ ਨਿਕਲਦੇ ਤਾਂ ਫਿਰ ਸਾਨੂੰ ਮਾਰਦਾ ਤਾਂ ਨਹੀਂ ਸੀ, ਇਹ ਸੱਚਾ। ਉਸ ਵੀ ਉਹਦੀ ਖਿਦਮਤ ਕਰਨੀ ਸ਼ੁਰੂ ਕਰ ਦਿੱਤੀ ਮਰਾਸੀ ਦੀ। ਮਰਾਸੀ ਸੋਚਿਆ ਵੀ ਮਰ ਗਿਆ ਥਾਂ 'ਤੇ, ਮੇਰੀ ਜਾਨ ਕਿਵੇਂ ਛੁੱਟੇ, ਜਾਨ ਛੁੱਟੂ ਨਹੀਂ ਸੀ ਮੇਰੀ। ਇੱਕ ਦਿਨ ਸੋਚਦਾ ਵੀ ਹੋਵੇ ਨਾ ਨਾ ਤਾਂ ਮੈਂ ਦੌੜ ਜਾਂਦਾ। ਸਜਣੋ ਜਿਹਨੂੰ ਬੈਠਿਆਂ ਬਿਠਾਇਆ ਲੱਭਦਾ ਖਾਣ ਪੀਣ ਨੂੰ ਤਾਂ ਚੰਗਾ ਚੋਸਾ ਲੱਭਦਾ ਹੈ, ਉਹਦੀ ਖੁੱਤੀ 'ਚ ਮੱਤ ਨਹੀਂ ਬਈ ਉਹ ਦੂਸਰਾ ਮਤਲਬ ਵਿਆਹ ਦਾ ਕਿ ਮੈਂ ਨੱਸ ਜਾਵਾਂ ਇੱਥੋਂ, ਚੋਰ ਬਣ ਕੇ ਉਹ ਚੋਰ ਹੀ ਗਿਣਿਆ ਜਾਂਦਾ ਹੈ ਜਿਹੜਾ ਨੱਸ ਜਾਵੇ ਮੂੰਹ ਨੇਰੇ। ਲਵੀ ਉਹਨੇ ਤਾਂ ਕੀ ਕੰਮ ਕੀਤਾ, ਲਿੱਤਰ ਹੱਥ ਕਰ ਲਿਆ, ਝੋਲਾ ਆਪਦਾ ਕੱਛ 'ਚ ਮਾਰਿਆ ਅਤੇ ਦਵਾ ਦਵ ਤਸਵੀਆਂ ਤਸਵੀਆਂ ਕੁੰਜੀਆਂ 'ਤੇ ਅਲੀ ਪੰਜ ਹੋਇਆ। ਜਿਹੜਾ ਨੱਸ ਗਿਆ ਤਾਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਤੇਰਾ ਮੁਰਸ਼ਿਦ ਦੌੜ ਗਿਆ ਹੀ, ਬਾਦਸ਼ਾਹ ਹੀ ਮਗਰ ਲੱਗ ਲਿਆ। ਹੁਣ ਮਰਾਸੀ ਦੀ ਇੱਕ ਨਿਗਾਂ ਪੀਹਾਂ ਇੱਕ ਅਗਾਂ ਇੱਕ ਪੀਹਾਂ ਇੱਕ ਅਗਾਂ ਜੂ ਆ ਠੁੱਡਾ ਤਾਂ ਡਿੱਗਾ ਮੂੰਹ ਉੱਪਰ ਨੇ, ਦੰਦ ਵੀ ਤੋਤਰਾ ਟੁੱਟ ਗਏ। ਆਖਰ ਮਰਾਸੀ ਸੀ ਉਹ ਕੋਈ ਪੀਰ ਹੁੰਦਾ ਨਾ ਤਾਂ ਫਿਰ ਤੂੰ ਇਹ ਨਹੀਂ ਸੀ ਕਰਦਾ, ਪੀਰਾਂ ਨੂੰ ਤਾਂ ਕਿੱਥੇ ਖੀਰ ਲੱਭ ਜਾ, ਹਲਵਾ ਲੱਭ ਜਾ, ਚੰਗਾ ਚੋਸਾ ਲੱਭ ਜਾ, ਉਹ ਤਾਂ ਬਹਿ ਜਾਂਦੇ ਨੇ, ਜਾਣ ਨਾ ਹੀ ਨਹੀਂ ਲੈਂਦੇ। ਉਹ ਮਰਾਸੀ ਸੀ ਵਿਹਲਾ ਰਹਿਣ ਹਿਲਿਆ ਸੀ ਅਤੇ ਬਣ ਗਿਆ ਪੀਰ। ਲੱਭ ਜਿਹੜੇ ਡਿੱਗਾ ਨਾ ਤਾਂ ਉਹਦੇ ਦੋ ਤਿੰਨ ਦੰਦ ਵੀ ਟੁੱਟ ਗਏ ਅਤੇ ਮਗਰੋਂ ਬਾਦਸ਼ਾਹ ਜਿਹੜਾ ਸੀ ਪਿਆ ਉਹਨੇ ਫੜ ਲੱਤ ਤੋਂ ਲਿਆ, ਉਹਦਾ ਵੱਜਾ ਸਿਰ ਪੋਣ ਨਾਲ ਤਾਂ ਉਹਨੂੰ ਮੌਲਾ ਦੀ ਖਬਰ ਹੋ ਗਈ, ਬਾਦਸ਼ਾਹ ਨੂੰ ਅੱਖੀ ਹੋ ਗਈਆਂ। ਜਿਹੜੇ ਉਹਨੂੰ ਅੱਖੀ ਹੋ ਗਈਆਂ ਉਹਨੇ ਆਹ ਗੱਲ ਏ, ਹੁਣ ਮੇਰਾ ਦਿਲ ਤਾਂ ਕਰਦਾ ਸੀ ਵੀ ਤੈਨੂੰ ਮੈਂ ਲੰਘਾ ਹੀ ਦਿਆਂ, ਬਹਰਹਾਲ ਤੇਰੇ ਆਸਰੇ ਨਾਲ ਤੇਰੇ ਵਸੀਲੇ ਨਾਲ ਨਾ ਮੈਨੂੰ ਫਕੀਰੀ ਮਿਲ ਗਈ ਅਤੇ ਮੈਂ ਮੂਮਨ ਹੋ ਗਿਆ, ਤੈਨੂੰ ਮੈਂ ਤਾਂ ਕੁਛ ਨਹੀਂ। ਅਸਲ ਗੱਲ ਦੱਸ ਗੱਲ ਕੀ ਹੈ, ਉਹਨੇ ਕਿਹਾ ਮੋਤੀਆਂ ਵਾਲਾ ਨਾ ਮੈਂ ਪੀਰ ਹੀ ਅਤੇ ਨਾ ਫਕੀਰ, ਮੈਂ ਕੋਈ ਵੀ ਨਹੀਂ, ਮੈਂ ਤਾਂ ਇੱਕ ਮਿਰਾਸੀ ਹਾਂ ਅਤੇ ਭੁੱਖ ਮਰੀਂਦਾ ਤੇਰੇ ਕੋਲ ਆਇਆ ਤਾਂ ਤੂੰ ਮੈਨੂੰ ਆਉਂਦਾ ਪੀਰ ਫੜ ਲਿਆ। ਉਹਨੇ ਆਖਿਆ ਵੀ ਮੇਰਾ ਦਿਲ ਸਾਫ਼ ਸੀ ਅਤੇ ਮੈਂ ਪੀਰ ਫੜਿਆ ਸੀ ਤਾਂ ਦਿਲ ਸਾਫ਼ ਕਰਕੇ। ਲਓ ਜੀ ਉਹਨੇ ਉਹਦੀ ਜਾਨ ਬਖਸ਼ੀ, ਉਹ ਮਰਾਸੀਆ ਦੇ ਘਰ ਨੂੰ ਗਿਆ ਅਤੇ ਬਾਦਸ਼ਾਹ ਜਿਹੜਾ ਸੀ ਨਾ ਉਹ ਆਪਦੇ ਘਰ ਨੂੰ ਗਿਆ। ਸਹੀ ਨਾ ਗੱਲ ਇਸ ਚੀਜ਼ ਦੀ ਕਰਨ ਦਾ ਮਕਸਦ ਇਹ ਵੀ ਦਿਲ ਸਾਫ਼ ਹੋਵੇ ਤਾਂ ਇਨਸਾਨ ਦਾ ਯਕੀਨ ਰੱਖੇ ਬੰਦਾ, ਯਕੀਨ ਬੰਦਾ ਰੱਖ ਕੇ ਕਿਸੇ ਡਾਕਟਰ ਕੋਲ ਚਲਾ ਜਾਏ ਨਾ ਅਤੇ ਉਹ ਭਾਵੇਂ ਉਹਨੂੰ ਸੁਆਹ ਦੀ ਪੁੜੀ ਦੇ ਦੇਵੇ ਨਾ, ਅੱਲਾਹ ਤਾਲਾ ਉਹਨੂੰ ਛੁਪਾ ਦੇ ਜਾਂਦਾ। ਯਕੀਨ ਇੱਕ ਐਸੀ ਚੀਜ਼ ਹੈ, ਚਾਹੇ ਕੋਈ ਬੰਦਾ ਹੋਵੇ
ਉਹ ਯਕੀਨ ਉਹਦੇ 'ਤੇ ਆ ਜਾਵੇ ਵੀ ਇਹ ਬੰਦਾ ਐਸਾ ਹੈ ਅਤੇ ਵੇਖਣ ਵਾਲਾ ਤਾਂ ਅੱਲਾ ਹੈ। ਅੱਲਾ ਦਿਲਾਂ ਦੇ ਭੇਦ ਜਾਣਦਾ, ਦਿਲ ਸਾਫ਼ ਕਰਦਾ ਬੰਦੇ ਦੇ ਅਤੇ ਅੱਲਾ ਕਰਦਾ। ਅਤੇ ਜਿਹੜਾ ਬੰਦਾ ਸਿੱਧਾ ਰਾਹ ਲੱਭੇ ਅੱਲਾ ਤਾਲਾ ਉਹਨੂੰ ਵਿਖਾਉਂਦਾ, ਅਤੇ ਜਿਹੜਾ ਆਪਦੇ ਮੂੰਹ ਸਿੱਧਾ ਰਾਹ ਨਾ ਲੱਭੇ ਉਹਨੂੰ ਅੱਲਾ ਤਾਲਾ ਨਹੀਂ ਵਿਖਾਉਂਦਾ। ਵਿਖਾਉਂਦਾ ਉਹਨੂੰ ਹੈ ਜਿਹੜਾ ਸਿੱਧਾ ਰਾਹ ਮੰਗੇ, ਦਿਖਾ ਮੁਝੇ ਸਿੱਧਾ ਰਾਸਤਾ, ਹਾਂਜੀ ਅੱਲਾ ਤਾਲਾ ਉਹਨੂੰ ਵਿਖਾਉਂਦਾ। ਅਤੇ ਦਿਲ ਸਾਫ਼ ਕਰਨਾ ਚਾਹੀਦਾ, ਜਿਹਦਾ ਦਿਲ ਸਾਫ਼ ਹੁੰਦਾ ਹੈ ਉਹਨੂੰ ਦੁਨੀਆਂ 'ਤੇ ਵੀ ਲਵਾਈ ਕੋਣੀ, ਉਹਨੂੰ ਆਖਰਤ ਨੂੰ ਲਵਾਈ ਕੋਣੀ। ਦੁਨੀਆਂ 'ਤੇ ਵੀ ਉਹਦੇ ਵਾਸਤੇ ਜੰਨਤ ਹੈ, ਆਖਰਤ ਨੂੰ ਵੀ ਉਹਦੇ ਵਾਸਤੇ ਜੰਨਤ ਹੈ। ਅੱਲਾ ਤਾਲਾ ਬੜਾ ਕਾਦਰ ਹੈ, ਗਫੂਰ ਔਰ ਰਹੀਮ, ਵਾਹਦਾ ਉਲਾ ਸ਼ਰੀਕ ਹੈ। ਅਗਰ ਉਹ ਬਖਸ਼ੇ ਤਾਂ ਗੁਨਾਹਗਾਰਾਂ ਨੂੰ ਵੀ ਬਖਸ਼ ਸਕਦਾ, ਕਿਉਂਕਿ ਉਹ ਤਾਂ ਕਾਦਰ ਹੈ। ਪੈਦੇ ਕਰਨ ਵਾਲਾ ਉਹ ਹੈ, ਮਾਰਨ ਵਾਲਾ ਵੀ ਉਹ ਹੈ, ਰਿਜ਼ਕ ਦੇਣ ਵਾਲਾ ਵੀ ਉਹ, ਰੋਜ਼ੀ ਦੇਣ ਵਾਲਾ ਵੀ ਉਹ, ਹਰ ਚੀਜ਼ ਹੈ ਹੀ ਹੁੰਦੀ। ਬੰਦਾ ਕੀ ਹੈ? ਕੁਛ ਵੀ ਨਹੀਂ। ਸੱਜਣੋ, ਦਿਲ ਨੂੰ ਸਾਫ਼ ਰੱਖਣਾ ਚਾਹੀਦਾ ਅਤੇ ਆਏ ਗਏ ਨੂੰ ਬੂਹੇ 'ਤੇ ਕੋਈ ਆ ਜਾਵੇ, ਖੈਰ ਖੈਰਤ ਲੈਣ ਵਾਸਤੇ ਮੰਗਦਾ ਆਣ ਕੇ, ਅਤੇ ਜੋ ਪੋਚ ਸਰਦਾ ਆਉਂਦਾ ਉਹਨੂੰ ਦੇਣਾ ਚਾਹੀਦਾ, ਇਹ ਜ਼ਰੂਰ ਲਾਜ਼ਮੀ ਦੇਣਾ ਚਾਹੀਦਾ। ਕਿਉਂ? ਅੱਲਾ ਤਾਲਾ ਫਰਮਾਉਂਦਾ ਕਿ ਮੇਰੇ ਦਿੱਤੇ ਮਾਲ 'ਚੋਂ ਮੇਰੇ ਰਾਹ 'ਤੇ ਖਰਚ ਕਰੋ। ਜਿਹੜਾ ਮੇਰੇ ਰਾਹ 'ਤੇ ਖਰਚ ਨਹੀਂ ਕਰਦਾ ਉਹਨੂੰ ਅੱਲਾ ਤਾਲਾ ਕਹਿੰਦਾ ਕਿ ਕੰਜੂਸ ਹੈ, ਅਤੇ ਕੰਜੂਸੀ ਨਹੀਂ ਕਰਨੀ ਚਾਹੀਦੀ। ਜਦ ਅੱਲਾ ਮਾਲ ਦਿੱਤਾ ਉਹਦੇ ਵਿੱਚ ਖਰਚ ਕਰੋ। ਸਾਨੂੰ ਇਹ ਗੱਲ ਮੁੱਕੀ ਅਤੇ ਨਾਲ ਇੱਕ ਛੋਟੀ ਜਿਹੀ ਹੋਰ ਹੈ, ਲਤੀਫਾ ਹੈ, ਉਹ ਵੀ ਮੈਂ ਤੁਹਾਨੂੰ ਸੁਣਾ ਦਿਆਂ। ਫੌਜ ਜਾਂਦੀ ਸੀ ਬਾਹਰ ਸਕੀਮਾਂ 'ਤੇ, ਹੁਣ ਵੀ ਅਜੇ ਮੇਰਾ ਖਿਆਲ ਜਾਂਦੇ ਨੇ ਕਿਤੇ ਕਿਤੇ, ਜਾਂ ਕਿਤੇ ਨਹੀਂ ਜਾਂਦੇ ਨੇ, ਸਕੀਮ 'ਤੇ ਜਾ ਕੇ ਬਹਿੰਦੀ ਸੀ ਫੌਜ, ਦੋ ਦੋ ਮਹੀਨੇ ਬਾਹਰ ਨਿਕਲ ਜਾਂਦੀ ਸੀ। ਫੌਜ 'ਚੋਂ ਚੱਲੀ ਨਾ ਤਾਂ ਉਹ ਕਿਸੇ ਪਿੰਡ ਦੇ ਕੋਲ ਵਾਹ ਵਾਹ ਜਗ੍ਹਾ ਖੁੱਲ੍ਹੀ ਤਾਂ ਉੱਥੇ ਜਾ ਕੇ ਫੌਜ ਬਹਿ ਗਈ। ਹੁਣ ਜਿਹੜਾ ਉਸ ਪਿੰਡ ਦਾ ਮਿਰਾਸੀ ਸੀ ਨਾ, ਉਹ ਸਵੇਰ ਸਵੇਰੇ ਨਿਕਲਿਆ ਉੱਧਰ ਨੂੰ, ਜਿਹੜਾ ਅਫਸਰ ਸੀ ਉਹਦੀ ਨਿਗ੍ਹਾ ਪਏਗੀ। ਜਦੋਂ ਉਹਦੀ ਨਿਗ੍ਹਾ ਪਈ ਤਾਂ ਉਹਨੇ ਬੁਲਾਇਆ, ਭਾਈ ਕੌਣ ਹੈ ਜੋ ਇੰਨਾ ਗੱਲ ਸੁਣ? ਮੈਨੂੰ ਅੱਲਾ ਦੀ ਮਾਨ, ਮੈਂ ਮਿਰਾਸੀ ਹਾਂ, ਮੀਰ ਆਲਮ ਹਾਂ, ਮੈਨੂੰ ਕੀ ਆਖੂ ਜੇ ਕੰਬਣ ਡੈ ਪਿਆ। ਉਹਨੇ ਕਿਹਾ ਤੈਨੂੰ ਆਉਂਦੇ ਕੋਈ ਨਹੀਂ, ਉਹ ਗੱਲ ਸੁਣ, ਤੂੰ ਮਿਰਾਸੀ ਹੈ? ਕਿਹਾ ਉਹਨੇ, ਕਿਹਾ ਐਵੇਂ ਕਰ ਵੀ ਤੂੰ ਪਿੰਡ 'ਚ ਰਹਿੰਦਾ ਅਤੇ ਪਿੰਡ ਜਾਂਦਾ ਤਾਂ ਸਾਡੇ ਵਾਸਤੇ ਯਾਰ ਕੋਈ ਲੱਸੀ ਲਿਆ ਸੀ, ਬੜਾ ਚਿਰ ਹੋ ਗਿਆ ਲੱਸੀ ਪੀਤੀ ਨੂੰ। ਉਹਨੇ ਕਿਹਾ ਠੀਕ ਹੈ ਜੀ, ਮੋਤੀਆਂ ਨੂੰ ਲਿਆ ਦਿੰਦੇ ਹਾਂ। ਹੁਣ ਮਿਰਾਸੀ ਪਿੰਡ ਨੂੰ ਗਿਆ, ਵੱਡਾ ਸਾਰਾ ਐਡਾ ਸਾਰਾ ਗੜਵਾ ਫੱਦਿਆ, ਜੱਟਾਂ ਦੇ ਘਰੋਂ ਜਾ ਕੇ ਲੱਸੀ ਲਈ, ਲੱਸੀ ਲੈ ਕੇ ਜਨਾਬ ਉਹਨੂੰ ਪੁਣ ਬਣਾ ਕੇ ਮਿੱਠਾ ਛਿੱਠਾ ਪਾਇਆ, ਬਰਫ਼ ਸ਼ਰ ਪਾਈ, ਲੱਸੀ ਮਜ਼ੇਦਾਰ ਬਣਾ ਲਈ, ਨਾਲ ਕੋਈ ਇੱਕ ਦੋ ਗਲਾਸ ਲੈ ਲਏ ਅਤੇ ਡੋਣਾ ਲੈ ਕੇ ਨਾ ਉਹ ਗੜਵਾ ਉੱਥੇ ਚਲਾ ਗਿਆ। ਹੁਣ ਉਹਨਾਂ ਜਿਹੜੇ ਲੱਸੀ ਪੀਤੀ ਅਫਸਰਾਂ ਨੇ ਤਾਂ ਦਿਲ ਉਹਨਾਂ ਦਾ ਖੁਸ਼ ਹੋ ਗਿਆ। ਉਹਨਾਂ ਕਹਾ ਹੈ ਤਾਂ ਮਿਰਾਸੀ ਪਰ ਯਾਰ ਖਿਦਮਤ ਚੰਗੀ ਕੀਤੀ ਤੂੰ। ਹੁਣ ਅਫਸਰ ਬੋਲਿਆ ਨਾ ਕਿ ਦਾਦਾ ਤੇਰੇ ਕੋਲ ਕੋਈ ਮੁੰਡਾ ਹੈ? ਹਾਂ ਅੱਲਾ ਦੀ ਮਾਨ, ਹੈ ਮੇਰੇ ਕੋਲ ਮੁੰਡਾ। ਕਿੰਨੀ ਕੁ ਉਮਰ ਦਾ ਜੀ? ਨਾ ਹੈਗਾ ਹੈ ਕੋਈ 17-18 ਸਾਲਾਂ ਦਾ, 20 ਸਾਲਾਂ ਦਾ? ਅੱਛਾ, ਜਵਾਨ ਹੈ ਫਿਰ ਤਾਂ। ਕਿਹਾ ਉਹ ਤੇ ਦਾਦਾ ਮੁੜ ਜੇ ਤੂੰ ਰਾਜੀ ਹੋਵੇਂ ਤੇਰੇ ਮੁੰਡੇ ਨੂੰ ਹੋ ਜੇ ਭਰਤੀ ਨਾ ਕਰਾ ਦਈਏ, ਅੱਲਾ ਦੀ ਮਾਨ ਕਰਾ ਦਿਓ, ਇਹਦੋਂ ਤੋਂ ਚੰਗੀ ਗੱਲ ਕਿਹੜੀ ਹੈ? ਚਲੋ ਸਾਡਾ ਵੀ ਕੋਈ ਬੰਦਾ ਫੌਜੀ ਹੋ ਜਾਏਗਾ, ਸਰਕਾਰੀ ਨੌਕਰੀ ਆਵੇ ਲੱਗ ਪਏ ਦੀ। ਨਾ ਠੀਕ ਹੈ, ਲਿਆ ਫਿਰ ਮੁੰਡੇ ਨੂੰ ਅਤੇ ਉਹਨੂੰ ਭਰਤੀ ਕਰਵਾਈਏ। ਹੁਣ ਮੇਰਾ ਸੀ ਬੋਲਿਆ ਉਹਨੇ, ਅੱਲਾ ਦੀ ਮਾਨ ਇੱਕ ਦੋ ਸ਼ਰਤਾਂ ਨੇ, ਉਹ ਮੇਰੀਆਂ ਮੰਨ ਲਓ, ਪਹਿਲੇ ਸੁਣ ਲਓ। ਨਾ ਹਾਂ ਵੀ ਸੁਣਾ। ਉਹਨੇ ਆਖਿਆ ਵੀ ਤੁਹਾਨੂੰ ਪਤਾ ਵੀ ਅਸੀਂ ਮਿਰਾਸੀ ਲੋਕ ਹਾਂ, ਅਸੀਂ ਜ਼ਿਆਦਾ ਗਰਮੀ ਨਹੀਂ ਚੱਲ ਸਕਦੇ, ਠੰਡੀ ਥਾਂ 'ਤੇ ਮੇਰੇ ਪੁੱਤਰ ਨੂੰ ਰੱਖਣਾ ਗਰਮੀ 'ਚ। ਨਾ ਬਿਲਕੁਲ ਠੀਕ ਹੈ, ਠੰਡੀ ਥਾਂ 'ਤੇ ਰੱਖਾਂਗੇ।
ਫਿਰ ਅੱਲਾ ਦੀ ਮਾਨ ਗੱਲ ਇਹ ਕਿ ਅਸੀਂ ਸਰਦੀ ਵੀ ਨਹੀਂ ਬਰਦਾਸ਼ਤ ਕਰ ਸਕਦੇ। ਤੁਹਾਨੂੰ ਪਤਾ ਵੀ ਠੰਡ ਵੀ ਉਵੇਂ ਦੀ ਆ, ਲਾਹੌਰ ਕੋਲ ਤਾਂ ਸਾਨੂੰ ਅੱਗੇ ਹੀ ਪਾਲਾ ਲੱਗਣ ਲੱਗ ਪੈਂਦਾ। ਠੰਡ ਦੇ ਵੀ ਅਸੀਂ ਬੜੇ ਕਮਜ਼ੋਰ ਹਾਂ, ਅਤੇ ਜਿਹੜੇ ਠੰਡ ਹੋਵੇ ਨਾ ਉਹਲੇ ਮੇਰੇ ਪੁੱਤਰ ਨੂੰ ਤੁਸੀਂ ਗਰਮ ਜਗ੍ਹਾ 'ਤੇ ਰੱਖਣਾ। ਉਹਨੇ ਕਿਹਾ ਬਿਲਕੁਲ ਠੀਕ ਹੈ ਜੀ, ਗਰਮ ਜਗ੍ਹਾ 'ਤੇ ਰੱਖਾਂ। ਫਿਰ ਅੱਲਾ ਦੀ ਮਾਨ ਗੱਲ ਇਹ ਕਿ ਮੇਰਾ ਪੁੱਤਰ ਤੇਰਾ ਜ਼ਮੀਨ 'ਤੇ ਸੌਂਦਾ ਨਹੀਂ। ਆ ਤੁਸੀਂ ਬਾਹਰ ਨਿਕਲਦੇ ਹੋ ਸਕੀਮਾਂ ਸਕੂਮਾਂ 'ਤੇ ਜਾਂਦੇ ਹੋ ਅਤੇ ਤੁਸੀਂ ਜ਼ਮੀਨ 'ਤੇ ਵੀ ਪੈ ਰਹਿੰਦੇ ਹੋ, ਉਹ ਤਾਂ ਸਪੈਸ਼ਲ ਮੰਜੀ 'ਤੇ ਸੌਂਦਾ। ਉਹਨਾਂ ਕਿਹਾ ਜੀ ਠੀਕ, ਉਹਨੂੰ ਮੰਜੀ ਦੇ ਦਿਆਂ ਦੇ, ਹੋਰ ਹੁਕਮ ਕਰ। ਉਹਨਾਂ ਅੱਲਾ ਦੀ ਮਾਨ ਗੋਸ਼ਤ ਨਾਲ ਰੋਟੀ ਖਾਂਦਾ, ਹੋਰ ਉਹ ਦਾਲ ਫੁਲਕਾ ਨਹੀਂ ਖਾਂਦਾ, ਗੋਸ਼ਤ ਦੇਣਾ। ਉਹਨਾਂ ਕਿਹਾ ਬਿਲਕੁਲ ਗੋਸ਼ਤ ਦਿਆਂ ਦੇ। ਉਹਨਾਂ ਕਿਹਾ ਇੱਕ ਆਖਰੀ ਖੁਆਇਸ਼ ਇਹ ਆ ਵੀ ਜੇ ਤੂੰ ਜੰਗ ਲੱਗੇ ਉਦੋਂ ਮੇਰੇ ਪੁੱਤਰ ਨੂੰ ਛੁੱਟੀ ਦੇ ਦਿਆ ਜੇ। ਸਜਣੋ ਤੂੰ ਇਹ ਦੱਸੋ ਵੀ ਉਹ ਭਰਤੀ ਉਹਨਾਂ ਫੌਜ ਦੇ ਵਿੱਚ ਕਿਸ ਵਾਸਤੇ ਕਰਨਾ, ਵੀ ਜੇ ਤੂੰ ਜੰਗ ਲੱਗੇ ਉਦੋਂ ਮੇਰੇ ਪੁੱਤਰ ਨੂੰ ਛੁੱਟੀ ਦੇ ਦਿਆ ਜੇ, ਘਰ ਆ ਜਾਵੇ। ਉਸ ਵੇਲੇ ਅਫਸਰ ਬੋਲਿਆ ਉਹਨਾਂ ਕਿਹਾ ਦਾਦਾ ਤੁਹਾਡੇ ਵਾਸਤੇ ਰੋਗ ਨਹੀਂ, ਤੁਸੀਂ ਸਿਰਫ ਢੋਲਕੀਆਂ ਹੀ ਵਜਾ ਜਾਣਦੇ ਹੋ, ਅਤੇ ਜਾਓ ਤੁਸੀਂ ਢੋਲਕੀਆਂ ਜ਼ਿਆਦਾ ਵਜਾਓ, ਤੁਸੀਂ ਫੌਜ ਜਿਹੜੇ ਨਾ ਇਹਨੂੰ ਵੀ ਕੰਮ ਨਹੀਂ ਕਰ ਸਕਦੇ, ਕਿਉਂ ਫੌਜ ਵਿੱਚ ਬੜੀ ਸਖਤੀ ਹੁੰਦੀ ਹੈ, ਤੁਸੀਂ ਨਹੀਂ ਕਰ ਸਕਦੇ, ਅਤੇ ਜਾਓ ਤੁਸੀਂ ਆਪਦਾ ਛੁਲਕੇ ਛੁਲਕੇ ਵਜਾ ਕੇ ਆਪਦਾ ਡੰਗ ਪਾਓ। ਲਓ ਜੀ ਮੇਰਾ ਸੀ ਆਪਦੇ ਬਰਤਨ ਚੁੱਕੇ ਦੇ ਕਰਨ ਚਲਾ ਗਿਆ। ਸਜਣੋ ਗੱਲ ਇਹ ਚੀਜ਼ ਦੀ ਹੈ, ਹੁਣ ਜਿਹੜਾ ਇੱਕ ਬੰਦਾ ਫੌਜ ਵਿੱਚ ਭਰਤੀ ਹੁੰਦਾ ਹੈ ਉਹ ਕਿਸ ਵਾਸਤੇ ਗੌਰਮੈਂਟ ਨੂੰ ਭਰਤੀ ਕਰਦੀ, ਮੁਲਕ ਦੀ ਹਿਫਾਜ਼ਤ ਵਾਸਤੇ, ਅਤੇ ਜੇ ਕੋਈ ਐਸਾ ਵੈਸਾ ਕੰਮ ਬਣ ਜਾਏ ਅਤੇ ਉਹ ਆਖੇ ਵੀ ਮੈਨੂੰ ਛੁੱਟੀ ਦੇ ਦਿਓ, ਤਾਂ ਮੁੜੂ ਉਹਨੂੰ ਜਾਣ ਦਾ ਕੀ ਫਾਇਦਾ ਆ। ਇਹ ਇੱਕ ਲਤੀਫਾ ਸੀ ਨਾਲ ਮੈਂ ਸੁਣਾਇਆ, ਬੜੀ ਉਮੀਦ ਕਿ ਦੋਸਤਾਂ ਨੇ ਪਸੰਦ ਆਉਣਗੀਆਂ ਗੱਲਾਂ। ਅਤੇ ਹੁਣ ਟਾਈਮ ਹੋਇਆ ਇਸ ਵੀਡੀਓ ਦਾ ਪੂਰਾ, ਅਤੇ ਹੁਣ ਤੁਸੀਂ ਸ਼ਰਫਤ ਅਲੀ ਰਹਿਮਾਨੀ ਨੂੰ ਇਜਾਜ਼ਤ ਦਿਓ, ਜ਼ਿੰਦਗੀ ਰੀਤ ਕੱਲ੍ਹ ਸ਼ਾਮ ਨੂੰ 7 ਵਜੇ ਫਿਰ ਹਾਜ਼ਰ ਹੋਵਾਂਗੇ। ਅਸਲਾਮ ਅਲੈਕੁਮ ਪਾਕਿਸਤਾਨ, ਜ਼ਿੰਦਾਬਾਦ।